तो सारे वीरां नूं प्यार भरी सत श्री अकाल। दोस्तों एक हसे वाली गल दसां मैं तुहानूं कि अपने हिंदुस्तान के अंदर बाबिआं की कोई कमी नहीं, बहुत बाबे आ। जदों ना पंजाब दे विचों पाणी खत्म हो जाणा वा, बिल्कुल शांत हो जाणा, उदों देख लियो हरेक बाबे ने भविष्यवाणी दे देनी आ। असीं तां 1 साल पहलों दे जाणदे आ, असीं तां 6 महीने पहलों दे जाणदे आ। ਜਦੋਂ ਜਾਣਦੇ ਸੀ ਉਹ ਤਾਂ ਰੋਕ ਵੀ ਸਕਦੇ ਸੀ, ਫਿਰ ਇਹਨਾਂ 'ਤੇ ਬਹੁਤ ਸਾਰੇ ਲੋਕਾਂ ਨੇ ਗੀਤ ਵੀ ਲਿਖ ਦੇਣੇ ਆ, ਬਣਾ ਵੀ ਦੇਣੇ ਆ, ਲੇਕਿਨ ਕੋਈ ਹੈਲਪ ਕਰਨ ਵਾਸਤੇ ਨਹੀਂ ਆਊਗਾ। ਆਪਣੇ ਹਿੰਦੁਸਤਾਨ 'ਚ ਬਾਬੇ ਇੰਨੇ ਆ ਜਿਹੜੇ ਕਰੋੜਾਂ ਦੇ ਮਾਲਕ ਹੈ, ਗਾਇਕ ਐਡੇ ਤਕੜੇ ਤਕੜੇ ਆ ਜਿਹੜੇ ਕਿ ਅਰਬਾਂ ਖਰਬਾਂ ਦੇ ਮਾਲਕ ਹੋਣਗੇ। ਸਿਰਫ ਮਦਦ ਕਰਨ ਲਈ, ਮਦਦ ਕੌਣ ਕਰ ਰਿਹਾ, ਜੈਟ ਖਾਲਸਾ ਵਾਲੇ ਜਿਹੜੇ ਕਿ ਸਭ ਦੀ ਇੱਜ਼ਤਾਂ ਦੇ ਸਾਂਝੇ ਆ, ਜਿਹੜੀ ਆਪਣੀ ਜਾਨ ਤੋਂ ਵੀ ਵੱਧ ਕੇ ਲੋਕਾਂ ਨੂੰ ਬਚਾ ਰਹੇ ਆ, ਆਪਣੀ ਜਾਨ ਝੋਖ 'ਚ ਪਾ ਕੇ ਦੁਨੀਆ ਨੂੰ ਬਚਾ ਰਹੇ ਆ। ਦੇਖੋ ਖਾਲਸਾ ਐਡ ਵਾਲੇ ਅੱਜ ਕਿੱਥੇ ਬਾਬੇ ਆ, ਤਾਂ ਕਿੱਥੇ ਇਹ ਮਤਲਬ ਜਿਹੜੇ ਐਡੇ ਐਡੇ ਰੁਪਈਆ ਇਕੱਠਾ ਕਰਕੇ ਬੈਠੇ ਆ। ਕਿਸੇ ਦੀ ਹਜੇ ਤੱਕਰ ਕੋਈ ਮੈਂ ਵੀਡੀਓ ਨਹੀਂ ਦੇਖੀ ਕਿਸੇ ਕਲਾਕਾਰ ਦੀ ਵੀ ਇੰਨਾ ਰੁਪਈਆ ਇਕੱਠਾ ਕਰਕੇ ਬੈਠੇ ਆ ਵੀ ਕਿਸੇ ਨੇ ਕਿਸੇ ਨੂੰ ਨਾਲ ਹੈਲਪ ਕੀਤੀ ਹੋਵੇ, ਕਿਸੇ ਬਾਬੇ ਨੇ ਰੁਪਈਏ ਦਿੱਤੇ ਹੋਣ, ਕੁਛ ਨਹੀਂ। ਜਦੋਂ ਸ਼ਾਂਤ ਨਹੀਂ ਹੋ ਜਾਣਾ ਤਾਂ ਹਰੇਕ ਨੇ ਵੀਡੀਓ ਪਾਉਣੀ ਆ। ਅਸੀਂ ਤਾਂ ਬਾਬਾ ਜੀ ਪਹਿਲਾਂ ਜਾਣਦੇ ਸੀਗੇ ਕਿ ਪਾਣੀ ਆਉਣਾ, ਜਿਹੜੇ ਦੋਸਤੋ ਹਰ ਗੱਲ ਦਾ ਤੌਰ ਆ। ਜਿਹੜਾ ਜਾਣਦਾ ਹੁੰਦਾ ਨਾ ਪਾਣੀ ਆਉਣਾ, ਉਹ ਰੋਕ ਵੀ ਸਕਦਾ। ਇਹ ਸਿਰਫ ਬਾਅਦ ਵਿੱਚ ਲਿਫਾਫੇ ਹੁੰਦੇ ਆ, ਐਵੇਂ ਹੀ ਝੂਠੀਆਂ ਮੁੱਠੀਆਂ ਗੱਲਾਂ ਹੁੰਦੀਆਂ। ਦੋਸਤੋ ਇੱਕ ਵਧੀਆ ਤੁਹਾਨੂੰ ਇਹਦੇ ਵਿੱਚ ਹੀ ਗੱਲ ਦੱਸਾਂ ਕਿ ਇੱਕ ਵਾਰੀ ਬਾਲਾ ਅਤੇ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਕਿਤੇ ਬੈਠੇ ਸੀ, ਅਤੇ ਬਾਲਾ ਅਤੇ ਮਰਦਾਨਾ ਕਹਿੰਦੇ ਗੁਰੂ ਸਾਹਿਬ ਜੀ ਪਾਣੀ ਪੀਣਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਮੇਰੀ ਖੁੰਡੀ ਲੈ ਜਾ ਨਦੀ 'ਚੋਂ ਲਾ ਕੇ ਲੈ ਆ। ਪਿੱਛਾ ਮੁੜ ਕਰਿਆ ਦੇਖੀ ਨਦੀ ਚੱਲ ਕੇ ਉਹਨਾਂ ਦੇ ਕੋਲ ਆ ਗਈ ਸੀ, ਉਹਨੂੰ ਕਹਿੰਦੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ, ਉਹ ਆ ਗੁਰੂ, ਬਾਕੀ ਇਹ ਸਭ ਝੂਠੇ ਹੀ ਆ, ਐਵੇਂ ਗੱਲਾਂ ਵਾਲੀ ਆ ਬਾਬੇ, ਕੋਈ ਕਿਸੇ ਦੀ ਹੈਲਪ ਕਰਨ ਵਾਲਾ ਸੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ। ਧੰਨ ਹੈ ਖਾਲਸਾ ਐਡ ਵਾਲੇ ਹੈਲਪ ਕਰਦੇ, ਹੋਰ ਕੋਈ ਹੈਲਪ ਨਹੀਂ ਕਰਦਾ, ਬਾਕੀ ਸਭ ਇੱਦਾਂ ਹੀ ਆ।